ਬਸ ਮੈਨੂੰ ਬੱਚਾ ਨੇ ਘਰੋਂ ਕੱਢਤਾ ਮੈਨੂੰ। ਅੱਛਾ ਕਿਉਂ? ਕਿਉਂ? ਅਗਲੇ ਕਹਿੰਦੇ ਮੈਨੂੰ ਜਿੱਥੇ ਮਰਜ਼ੀ ਜਾ, ਸਾਡੇ ਤੋਂ ਖਰਚਾ ਨਹੀਂ ਚੱਕਿਆ ਜਾ ਰਿਹਾ ਤੇਰਾ। ਅੱਛਾ ਤੇ ਖਰਚਾ ਨਹੀਂ, ਪਹਿਲਾਂ ਜਦੋਂ ਤੂੰ ਇਹਨਾਂ ਦੇ ਕੁੜੀਆਂ ਦੇ ਨਾਲ ਇੱਥੇ ਕੰਮ ਕਰਦੀ ਸੀ ਉਦੋਂ ਵਧੀਆ ਸੀ ਕੁੜੀਆਂ? ਉਹਨਾਂ ਨੇ ਕਮਾ ਕੇ ਦਿੰਦੀ ਸੀਗੀ ਨਾ, ਨਾਲ ਬਰਾਬਰ ਕੰਮ ਕਰਦੀ ਸੀ ਨਾ ਮੈਂ ਉਹਨਾਂ ਦੇ। ਅੱਛਾ ਕੰਮ ਕਰਦੀ ਸੀ ਉਹਨਾਂ ਦੇ ਨਾਲ, ਤੇ ਹੁਣ ਕਿਉਂ ਛੱਡਿਆ ਕੰਮ? ਹੁਣ ਅਗਲੀ ਲੱਕੀ ਸ਼ਹਿਰ 'ਚ ਬੈਠੀ ਹੈ ਕੁੜੀ ਛੋਟੀ ਮੇਰੀ, ਲੱਕੀ ਸ਼ਹਿਰ ਨਾਲ ਛਾਣ ਨਹੀਂ ਦਿੰਦਾ ਉਹਨੂੰ ਬਾਹਰ। ਕਿਹੜੇ ਹੋਟਲ 'ਚ? ਲੱਕੀ ਸ਼ਹਿਰ 'ਚ। ਲੱਕੀ ਸ਼ਹਿਰ ਹੋਟਲ 'ਚ ਬੈਠੀ ਹੈ ਨੂਰ? ਨੂਰ ਹਾਂ। ਅਤੇ ਵੱਡੀ ਕੁੜੀ? ਉਹ ਤਾਂ ਤੁਹਾਨੂੰ ਪਤਾ ਕੰਮ ਛੱਡਤਾ ਉਹਨੇ। ਅਤੇ ਦੋਨੇ ਕੁੜੀਆਂ ਇਸੇ ਕੰਮ 'ਚ ਸੀ? ਦੋਨੇ ਲੜਕੀਆਂ ਤੁਹਾਡੀ ਇਸੇ ਕੰਮ 'ਚ ਸੀ? ਪਾ ਤੇ ਉਹਨਾਂ ਦੇ ਫਰੈਂਡਾਂ ਨੇ ਕੀ ਕਰਾਂ ਹੁਣ। ਅਤੇ ਹੁਣ ਕੁੜੀਆਂ ਇਸ ਜਾਲ 'ਚ ਫਸ ਗਈਆਂ ਨੇ, ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹ ਕੁੜੀਆਂ ਜਾਲ 'ਚ ਇੱਦਾਂ ਨਾ ਫਸਣ? ਮੈਂ ਤਾਂ ਖੁਦ ਕਹਾਂਗੀ ਯਾਰ ਬਾਬਾ, ਇਹ ਗੱਲ ਸਭ ਬੱਚੇ ਦੇ ਕੰਟਰੋਲ ਕਰਕੇ ਉਹਨੂੰ ਛੱਡੋ ਕਿਤੇ ਨਾ ਕਿਤੇ, ਉਹਨਾਂ ਨੂੰ ਚੁਕਾ ਦਿਓ। ਮੈਂ ਤਾਂ ਕਹਿੰਦੀ ਸੈਂਟਰ 'ਚ ਕਰ ਦਿਓ, ਜਦੋਂ ਗਲਾ ਹੀ ਘੋੜ ਕੇ ਮਾਰ ਦਿਓ ਸੀ ਆਪਾਂ ਇਹਨਾਂ ਦਾ। ਅਤੇ ਹੁਣ ਕੁੜੀਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਆਪਣੀ? ਲੱਕੀ ਸ਼ਹਿਰ 'ਚ ਬੈਠੀ ਬਚਾਉਣ ਗਈ ਸੀ, ਮੈਂ ਤਾਂ ਅੱਗ ਲਾਤੀ ਉਹਨਾਂ ਨੇ, ਕੀ ਹੋ ਗਿਆ ਤੁਹਾਨੂੰ? ਤੁਹਾਨੂੰ ਕਿਉਂ ਕਰਤਾ ਉਹਨਾਂ ਨੇ? ਘਰੋਂ ਨਹੀਂ, ਮੈਂ ਤਾਂ ਅੱਗ ਲਵਾਤੀ, ਮੈਂ ਤਾਂ ਉਹਨਾਂ ਨੇ ਮੈਨੂੰ ਗੁਮਲਾ ਕਰਕੇ, ਤੁਹਾਨੂੰ ਪਤਾ ਨਹੀਂ ਚੌਥੇ ਨਿਊਜ਼ ਦਾ? ਹਾਂ ਆ ਪੁੱਛ ਕੇ ਦੇਖੋ ਅਰਮਾਨ ਵਾਲੇ ਭਾਜੀ ਨੂੰ ਜਾ ਕੇ ਮੈਨੂੰ ਕੀ ਬੀਤਿਆ ਮੈਨੂੰ। ਕਿਹੜੀ ਕੁੜੀ ਨੇ, ਕੀ ਨਾਮ ਸੀ ਉਹਦਾ ਕੁੜੀ? ਨੂਰ ਜੋਇਆ, ਤੇ ਡਾਕਟਰ ਜਿਹੜਾ ਮੈਡੀਕਲ ਵੇਚਦਾ ਪਿਆ ਵਾ, ਨੋਨੀ ਨਾਲ ਚੋਰ ਜਿਹੜੇ ਕਸਟਮਰ ਲੈ ਕੇ ਜਾਂਦਾ ਵਾ ਅੰਦਰ ਬਾਹਰ ਸਾਰੇ ਜਣੇ। ਚੌਥਾ ਦਿਨ ਹੋ ਗਿਆ, ਮਹਿਸੂਸ ਨਹੀਂ ਹੋ ਰਿਹਾ ਵੀ ਪਹਿਲਾਂ ਬੱਚਿਆਂ ਨੂੰ ਤੁਸੀਂ ਗਲਤ ਕੰਮ 'ਚ ਪਾਇਆ? ਬੱਚਿਆਂ ਨੂੰ ਮੈਂ ਪਾਇਆ, ਉਹਨਾਂ ਨੇ ਮੈਨੂੰ ਇੱਥੇ ਲਿਆ ਕੇ ਪਾਤਾ, ਬਸ ਉਹਦੇ ਵਿੱਚ ਛੱਕਣ ਨਹੀਂ ਕਦੇ ਦੇਖੀ ਉਹਨਾਂ ਨੇ। ਕੁੜੀਆਂ ਨੇ ਤੁਹਾਨੂੰ ਗਲਤ ਕੰਮ 'ਚ ਪਾਤਾ? ਕਾਜਲ ਮੇਰੀ ਨੇ। ਕੈਸਾ ਜ਼ਮਾਨਾ ਜੀ, ਤੇ ਧੀਆਂ ਨੇ ਮਾਂ ਨੂੰ ਗਲਤ ਕੰਮ 'ਚ ਪਾਤਾ? ਸਾਰੇ ਨੇ, ਆਟੋ ਵਾਲੇ ਸਭ ਚੀਜ਼ ਦੇ ਗਵਾਹ ਨੇ। ਅੱਛਾ ਤੁਸੀਂ ਇਸ ਕੰਮ 'ਚ ਨਹੀਂ ਸੀ ਪਹਿਲਾਂ? ਸਵਾਹ ਸੀਗੀ, ਲੋਕਾਂ ਦੇ ਭਾਂਡ ਮੁੰਡੇ ਮਾਰਦੇ ਸੀ, ਹੋਟਲ 'ਚ ਵੀ ਕੰਮ ਕਰਦੀ ਰਹੀ ਹਾਂ ਮੈਂ ਤਾਂ ਇੱਥੇ ਆ ਕੇ। ਅਤੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਤਾ? ਅਗਲੇ ਕਹਿੰਦੇ ਆਪਣਾ ਕਰੋ ਜੀ, ਆਪਣਾ ਖਾਓ। ਠੀਕ ਹੈ, ਹੁਣ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕੁੜੀਆਂ ਵਿਚਾਰੀਆਂ ਅੱਜ ਦੇ ਟਾਈਮ 'ਚ ਨਸ਼ੇ 'ਚ ਫਸੀਆਂ ਹੋਈਆਂ? ਕੀ ਮੈਸੇਜ ਦੇਵਾਂ ਮੈਂ? ਹਜ਼ਾਰ ਹਜ਼ਾਰ ਚੱਕੋ ਜਿਹੜੇ ਹੁਣ ਤਾਂ ਨਸ਼ਾ ਕਰਦੀ ਚੋਰੀ 'ਚ ਕਰ, ਉਹ ਦੇਖੋ ਉਹ ਦੋ ਕੁੜੀਆਂ ਖੱਟੀਆਂ ਅੱਜ, ਇਹਨਾਂ ਵਿੱਚ ਮੇਰਾ ਘਰ ਬਰਬਾਦ ਹੋਇਆ ਸਾਰਾ ਕੁਛ। ਅੱਛਾ ਅੱਜ ਹੋਇਆ ਕਰਕੇ ਹੁਣ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ, ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ 'ਚ। ਕਿਹੜੇ? ਹੁਣ ਉੱਥੇ ਬੱਸ ਸਟੈਂਡ 'ਚ ਰੌਲਾ ਪਿਆ ਹੈ। ਕੌਣ ਲੈ ਗਿਆ ਉਹਨਾਂ ਦੇ? ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ। ਤੇ ਤੁਸੀਂ ਉਹਨਾਂ ਜਾ ਕੇ ਬੋਲੋ ਮੈਨੂੰ ਨਾ ਬੁਲਾਓ ਮਾਮੂ ਮੇ। ਹੁਣ ਇਸ ਕੰਮ 'ਚੋਂ ਨਿਕਲਣਾ ਚਾਹੁੰਦੇ ਹੋ? ਮੈਂ ਨਿਕਲਣਾ ਚਾਹੁੰਦੀ, ਜਿੰਨੇ ਮੈਨੂੰ ਅੱਗ ਲਵਾਈ ਹੈ ਨਾ, ਫੜੋ ਜਾ ਕੇ ਨੋਨੀ ਨੂੰ, ਜੋਇਆ ਨੂੰ, ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ। ਮੈਡਮ ਇੱਕ ਤਾਂ ਦੋ ਕੁੜੀਆਂ ਨੇ, ਤੁਹਾਡੀਆਂ ਵੀ ਨੇ ਇਹਨਾਂ ਵਿੱਚ? ਮੇਰੀ ਦੋ ਕੁੜੀਆਂ ਕਿੱਥੇ, ਇੱਕੋ ਹੀ ਆ ਮੇਰੀ ਜਿਹਨੇ ਰੱਖਿਆ ਹੋਇਆ ਜ਼ਬਰਦਸਤੀ, ਕਿਉਂਕਿ ਖੋਵਾਂ ਕਰਕੇ ਤਾਂ ਇਹਨਾਂ ਨੂੰ ਫੜਾਉਂਦੀ ਆ। ਤੁਹਾਨੂੰ ਗਲਤ ਕੰਮਾਂ 'ਚ ਕਿੰਨੇ ਪਾਇਆ? ਮੇਰੇ ਬੱਚਿਆਂ ਨੇ ਇਸ ਕੰਮ 'ਚ। ਹਾਂਜੀ, ਕਿਹੜੀਆਂ ਕੁੜੀਆਂ ਨੇ ਕਿ ਮੁੰਡਿਆਂ ਨੇ? ਮੁੰਡੇ ਕਿੱਥੇ, ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ। ਅਤੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ? ਹਾਂਜੀ। ਲੋਕ ਕਹਿੰਦੇ ਨੇ ਮਾਵਾਂ ਪਿਓ ਬੱਚਿਆਂ ਨੂੰ ਗਲਤ ਪਾਉਂਦੇ ਆ, ਪਰ ਇਹ ਗੱਲ ਲੇਕਿਨ ਕੁੜੀਆਂ ਨੇ ਮਾਂ ਨੂੰ ਗਲਤ ਪਵਾ ਇਹ ਚੀਜ਼ ਦਾ ਪੂਰਾ ਬਸ ਸਾਡਾ ਗਵਾਹ ਵਾ। ਅੱਛਾ, ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ। ਮੈਂ ਇੱਥੇ ਆ ਕੇ ਰੀਗਲ ਦੇ ਵਿੱਚ ਭਾਂਡੇ ਮਾਂਦੀ ਸੀਗੀ, ਝਾੜੂ ਪੋਚਾ ਲਾਉਂਦੀ ਹੁੰਦੀ ਸੀ, ਪਰ ਮੈਂ ਕਦੀ ਇਹੋ ਜਿਹਾ ਸੋਚਿਆ ਨਹੀਂ ਸੀਗਾ। ਪਰ ਤੁਹਾਨੂੰ ਗੰਦੇ ਕੰਮ 'ਚ ਬੱਚਿਆਂ ਨੇ ਪਾਤਾ?